ਰਾਜਪੁਰਾ 'ਚ ਹੋਏ ਭਾਜਪਾ ਆਗੂ 'ਤੇ ਹਮਲੇ ਨੂੰ ਲੈ ਕੇ ਭਾਜਪਾਈਆਂ ਨੇ ਘੇਰਿਆ ਡੀਸੀ ਦਫ਼ਤਰ, ਕਿਹਾ ਲੋਕਤੰਤਰ ਦਾ ਹੋ ਰਿਹਾ ਕਾਨ। ਲੁਧਿਆਣਾ ਵਿੱਚ ਭਾਜਪਾ ਦੇ ਵਰਕਰਾਂ ਨੇ ਇਕੱਠੇ ਹੋ ਕੇ ਡੀਸੀ ਦਫ਼ਤਰ ਦਾ ਘਿਰਾਓ ਕੀਤਾ। ਇਸ ਦੌਰਾਨ ਉਹਨਾਂ ਨੇ ਬੀਤੇ ਦਿਨੀ ਰਾਜਪੁਰ ਵਿੱਚ ਭਾਜਪਾ ਦੇ ਆਗੂ 'ਤੇ ਕਿਸਾਨਾਂ ਵੱਲੋਂ ਕੀਤੇ ਗਏ ਹਮਲੇ ਦੀ ਨਿੰਦਿਆ ਕਰਦਿਆਂ ਇਨਸਾਫ਼ ਦੀ ਮੰਗ ਕੀਤੀ ਅਤੇ ਕਿਹਾ ਗਿਆ ਕਿ ਪੰਜਾਬ ਪੁਲਿਸ ਕੁਝ ਗੁੰਡਾ ਅਨਸਰ ਲੋਕਾਂ ਦਾ ਸਾਥ ਦੇ ਰਹੀ ਹੈ। ਉਹਨਾਂ ਨੇ ਕਿਹਾ ਕਿ ਭਾਜਪਾ ਵਰਕਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦੇਸ਼ ਵਿੱਚ ਕਾਂਗਰਸ ਦਾ ਵੀ ਵੱਡਾ ਹੱਥ ਹੈ। ਹਿੰਦੁਸਤਾਨ ਦੁਨੀਆ ਦਾ ਸਭ ਤੋਂ ਬੜਾ ਲੋਕਤੰਤਰ ਦੇਸ਼ ਹੈ ਔਰ ਇਸ ਲੋਕਤੰਤਰ ਦੀ ਰੱਖਿਆ ਦੇ ਲਈ ਬਾਕੀ ਪਾਰਟੀਆਂ ਨੇ ਵੀ ਬਹੁਤ ਕੰਮ ਕੀਤਾ ਹੈ, ਪਰ ਭਾਰਤੀ ਜਨਤਾ ਪਾਰਟੀ ਨੇ ਮੁੱਖ ਤੌਰ 'ਤੇ ਇਸ ਲੋਕਤੰਤਰ ਨੂੰ ਬਚਾ ਕੇ ਰੱਖਿਆ। ਪੰਜਾਬ ਦੇ ਅੰਦਰ ਅੱਜ ਕੈਪਟਨ ਸਾਹਿਬ ਉਸ ਲੋਕਤੰਤਰ ਨੂੰ ਮਾਰਨਾ ਚਾਹੁੰਦੇ ਆ, ਉਸ ਲੋਕਤੰਤਰ ਦੀ ਹੱਤਿਆ ਕਰਨਾ ਚਾਹੁੰਦੇ ਆ। ਖਾਸ ਕਰਕੇ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਆ। ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ, ਭਾਰਤੀ ਜਨਤਾ ਪਾਰਟੀ ਦਾ ਨੇਤਰਤਵ ਕਿਤੇ ਵੀ ਮੂਵ ਕਰਦਾ ਤਾਂ ਉਹਨਾਂ ਦਾ ਕਿਸਾਨੀ ਬਾਣਾ ਪਾ ਕੇ ਕਾਂਗਰਸੀ ਗੁੰਡੇ ਉਹਨਾਂ ਦਾ ਵਿਰੋਧ ਕਰਦੇ ਆ, ਧੱਕਾ ਮੁੱਕੀ ਕਰਦੇ ਆ, ਉਹਨਾਂ ਦੇ ਗੱਡੀਆਂ ਦੇ ਸ਼ੀਸ਼ੇ ਤੋੜਦੇ ਆ। ਕੱਲ੍ਹ ਦੀ ਘਟਨਾ ਵੀ ਬੜੀ ਸ਼ਰਮਨਾਕ ਘਟਨਾ ਰਾਜਪੁਰਾ ਦੇ ਅੰਦਰ ਹੋਈ ਕਿ ਸਾਡੇ ਕਾਰਜਕਰਤਾ ਇੱਕ ਸ਼ਾਂਤਮਈ ਢੰਗ ਨਾਲ ਬੈਠਕ ਕਰ ਰਹੇ ਸੀ, ਉਹਨਾਂ ਗੁੰਡਿਆਂ ਨੇ, ਕਾਂਗਰਸੀ ਗੁੰਡਿਆਂ ਨੇ ਉਹਨਾਂ 'ਤੇ ਹਮਲਾ ਕੀਤਾ, ਕੁੱਟਮਾਰ ਦੀ ਕੋਸ਼ਿਸ਼ ਕੀਤੀ। ਉਸ ਭਾਈਚਾਰੇ ਨੂੰ, ਮਾਹੌਲ ਨੂੰ ਬਚਾਉਣ ਦੇ ਲਈ, ਮਾਹੌਲ ਖਰਾਬ ਨਾ ਹੋਵੇ, ਅਸੀਂ ਆਪਣੀ ਬੈਠਕ ਛੋਟੀ ਕੀਤੀ। ਜਦ ਸਾਡੇ ਕਾਰਜਕਰਤਾ ਕੁਛ ਲੋਕ ਇਕੱਠੇ ਹੋ ਕੇ ਕਿਸਦੇ ਘਰ ਚਾਹ ਪੀ ਰਹੇ ਸੀ, ਉਹ ਗੁੰਡਿਆਂ ਨੇ ਉੱਥੇ ਵੀ ਜਾ ਕੇ ਹਮਲਾ ਕੀਤਾ, ਉਸ ਘਰ ਦੀ ਲਾਈਟ ਕੱਟਤੀ। ਅੰਦਰ ਕਰੀਬ 60 ਲੋਕ ਸੀ, ਬਜ਼ੁਰਗ, ਮਾਤਾ, ਬੱਚੇ, ਉਹਨਾਂ ਦੀ ਚਿੰਤਾ ਨਾ ਕਰਦੇ ਹੋਏ ਉਸ ਗੁੰਡਾਗਿਰਦੀ ਦੇ ਤਹਿਤ ਉਹਨਾਂ ਨੇ 13 ਘੰਟੇ ਉਹਨਾਂ ਨੂੰ ਬੰਦ ਰੱਖਿਆ। ਇਸ ਤੋਂ ਸ਼ਰਮਨਾਕ ਗੱਲ ਕੀ ਹੋਏਗੀ ਕਿ ਹਾਈ ਕੋਰਟ ਦੇ ਆਰਡਰਾਂ ਤੋਂ ਬਾਅਦ DGP ਨੇ ਪ੍ਰੋਟੈਕਸ਼ਨ ਦਿੱਤੀ, ਤਦ ਜਾ ਕੇ ਉਹ ਸਵੇਰੇ 4-5 ਵਜੇ ਉੱਥੋਂ ਬਾਹਰ ਨਿਕਲੇ। ਸੋ ਅੱਜ ਅਸੀਂ ਪੂਰੇ ਪੰਜਾਬ ਦੇ ਅੰਦਰ ਆਪਣੀ ਆਵਾਜ਼ ਬੁਲੰਦ ਕਰ ਰਹੇ ਹਾਂ। ਅਸੀਂ ਪ੍ਰਸ਼ਾਸਨ ਨੂੰ, ਕੈਪਟਨ ਸਾਹਿਬ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਦੀ ਆਵਾਜ਼ ਦੇਸ਼ ਲਈ ਉੱਠਦੀ ਹੈ, ਭਾਰਤੀ ਜਨਤਾ ਪਾਰਟੀ ਦੀ ਆਵਾਜ਼ ਭਾਈਚਾਰੇ ਲਈ ਉੱਠਦੀ ਹੈ, ਭਾਰਤੀ ਜਨਤਾ ਪਾਰਟੀ ਦੀ ਆਵਾਜ਼ ਜਨ ਹਿੱਤ ਦੇ ਲਈ ਉੱਠਦੀ ਹੈ। ਤੋ ਆਵਾਜ਼ ਬੁਲੰਦ ਸੀ, ਬੁਲੰਦ ਹੈ ਤੇ ਬੁਲੰਦ ਰਹੇਗੀ। ਜਿਹੜਾ ਤੁਹਾਨੂੰ ਘਰਾਵ ਜਿਹੜਾ ਪਹਿਲੀ ਵਾਰ ਨਹੀਂ ਕੀਤਾ ਗਿਆ, ਲਗਾਤਾਰ ਘਰਾਵ ਹੋ ਰਹੇ ਨੇ, ਕਿਸਾਨੀ ਝੰਡੇ ਲੈ ਕੇ ਆਉਂਦੇ ਨੇ, ਸੋ ਤੁਸੀਂ ਕੀ ਸਮਝਦੇ ਹੋ? ਕਿਸਾਨ ਤਾਂ ਕਹਿ ਰਹੇ ਨੇ ਸਾਡੀ ਮੰਗਾਂ ਨਹੀਂ ਮੰਨਦੇ, ਅਸੀਂ ਇਸ ਕਰਕੇ ਪ੍ਰੋਟੈਸਟ ਕਰਦੇ ਹਾਂ। ਦੇਖੋ, ਜੇ ਪੁਰਾਣੇ ਬਿੱਲ ਬਹੁਤ ਵਧੀਆ ਹੁੰਦੇ ਤਾਂ 1947 ਤੋਂ ਹੁਣ ਤੱਕ ਅੱਜ ਵੀ ਕਿਸਾਨ ਵੀਰ ਆਤਮ ਹੱਤਿਆ ਕਰਦੇ ਆ। ਉਹ ਮੰਗ ਕਰਦੇ ਸੀਗੇ ਕਿ ਉਹਨਾਂ ਨੂੰ ਆਜ਼ਾਦੀ ਮਿਲੇ, ਬਾਕੀ ਵਪਾਰ ਦੀ ਤਰ੍ਹਾਂ ਆਜ਼ਾਦੀ ਮਿਲ ਗਈ। ਉਹ ਮੰਗ ਕਰਦੇ ਸੀ ਉਹਨਾਂ ਦੀ ਪੇਮੈਂਟ ਸਿੱਧੀ ਆਵੇ, ਪੇਮੈਂਟ ਸਿੱਧੀ ਜਾਣ ਲੱਗ ਗਈ। ਉਹ ਮੰਗ ਕਰਦੇ ਸੀ ਕਿ MSP ਮਜ਼ਬੂਤ ਹੋਵੇ, ਪਹਿਲਾਂ ਨਾਲੋਂ ਅਸੀਂ ਜ਼ਿਆਦਾ MSP ਦੇ ਤਹਿਤ ਅਸੀਂ ਫਸਲਾਂ ਚੱਕੀਆਂ। ਸਾਡਾ ਮਕਸਦ ਹੈ ਕਿ ਕਿਸਾਨ ਵੀਰ ਵੀ ਓਨੀ ਤਰੱਕੀ ਕਰਨ। ਮੈਂ ਉਦਾਹਰਣ ਦਿੰਦਾ ਹੁੰਦਾ ਕਿ ਲੁਧਿਆਣੇ ਦੇ ਅੰਦਰ ਬਹੁਤ ਐਗਜ਼ਾਮਪਲ ਹੈ, ਕਿਸੇ ਨੇ ਨਿੱਕਾ ਦਾ ਸਾਈਕਲ ਦਾ ਕੰਮ ਸ਼ੁਰੂ ਕੀਤਾ, ਅੱਜ ਵਰਲਡ 'ਚ ਦੁਨੀਆ 'ਚ ਉਹਨਾਂ ਦਾ ਨਾਮ ਹੈ। ਕਿਸੇ ਨੇ ਹੋਦਰੀ ਦਾ ਕੰਮ ਸ਼ੁਰੂ ਕੀਤਾ, ਅੱਜ ਦੁਨੀਆ ਵਰਲਡ 'ਚ ਉਹਨਾਂ ਦਾ ਨਾਮ ਹੈ। ਤਾਂ ਕਿਸਾਨ ਵੀਰ ਵੀ ਆਪਣੀ ਉਹਨਾਂ ਦੀ ਆਮਦਨ ਵਧੇ, ਉਹ ਵੀ ਖੁਸ਼ਹਾਲ ਹੋਣ ਵਾਲੇ। ਕੌਣ ਤੁਹਾਡਾ ਜਿਹੜਾ ਵਿਰੋਧ ਕਰਦੇ, ਕਿਸਾਨੀ ਝੰਡੇ ਲੈ ਕੇ ਵਿਰੋਧ ਕਰਦੇ, ਕੌਣ ਨੇ? ਦੇਖੋ, ਵਿਰੋਧ ਕੋਈ ਵੀ ਕਰ ਸਕਦਾ, ਕਿਸੇ ਰੂਪ 'ਚ ਵੀ ਹੋ ਸਕਦਾ। ਆਪਣੇ ਵਿਚਾਰ ਉਹ ਰੱਖ ਰਹੇ ਹਾਂ, ਅਸੀਂ ਆਪਣੀ ਗੱਲ ਰੱਖ ਰਹੇ ਹਾਂ, ਪਰ ਜਿਹੜੀ ਇੱਦਾਂ ਦੀ ਗੁੱਡਾਗਰਦੀ ਹੈ ਇਹ ਬੜੀ ਮਾੜੀ ਗੱਲ ਹੈ।